ਕੋਰੋਨਾ ਵਾਇਰਸ ਦੇ ਨਾਲ ਨਿਪਟਣ ਲਈ ਸਰਕਾਰਾਂ ਵੱਲੋਂ ਹਰ ਤਿਆਰੀਆਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਗਈਆਂ ਨੇ ਅਤੇ ਤਿਆਰੀਆਂ ਤੁਸੀਂ ਦੇਖ ਸਕਦੇ ਜੇ ਕਿ ਅੰਮ੍ਰਿਤਸਰ ਦੇ ਵਿੱਚ ਇਹ ਗੱਡੀ ਜਿਹੜੀ ਤੁਸੀਂ ਦੇਖ ਰਹੇ ਜੀ, ਇਸ ਗੱਡੀ ਨੂੰ ਆਈਸੋਲੇਸ਼ਨ ਵਾਰਡ ਦੇ ਰੂਪ ਦੇ ਵਿੱਚ ਤਿਆਰ ਕੀਤਾ ਜਾ ਰਿਹਾ। 9 ਡੱਬੇ ਨੇ ਇਸ ਗੱਡੀ ਦੇ ਅਤੇ ਇੱਕ ਡੱਬੇ ਦੇ ਵਿੱਚ ਕਰੀਬ 8 ਬੈੱਡ ਕਿਹਾ ਜਾ ਰਿਹਾ ਲਗਾਏ ਗਏ ਨੇ, ਜਿਹੜੇ ਕਿ ਪੂਰੀ ਤਿਆਰੀ ਹੈ। ਫਿਲਹਾਲ ਅਸੀਂ ਕਹਿ ਸਕਦੇ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਆਈਸੋਲੇਸ਼ਨ ਵਾਰਡ ਜਿਹੜੀ ਉਹ ਬਣਾ ਦਿੱਤੀ ਗਈ ਹੈ, ਪਰ ਜੇਕਰ ਜ਼ਰੂਰਤ ਪੈਂਦੀ ਆ ਤੇ ਉਹਦੇ ਵਾਸਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਗੱਡੀ ਜਿਹੜੀ ਹੈ ਬਿਲਕੁਲ ਤਿਆਰ ਸੋ ਤਿਆਰ, ਜਿਹੜੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਤੁਸੀਂ ਦੇਖ ਸਕਦੇ। ਸਰ, ਤਿਆਰੀਆਂ ਕੀ ਨੇ, ਇਹ ਗੱਡੀ ਜਿਹੜੀ ਤਿਆਰ ਕੀਤੀ ਹੈ ਕੀ ਇਹ ਸਭ ਤੋਂ ਪਹਿਲੇ ਆਪਣੇ ਬਾਰੇ? ਮੇਰਾ ਨਾਮ ਹੈ ਸੂਰਿਆ ਕੁਮਾਰ, ਮੈਂ ਇੱਥੇ ਰੇਲਵੇ 'ਚ ਸੀਨੀਅਰ ਸੈਕਸ਼ਨ ਇੰਜੀਨੀਅਰ ਵਜੋਂ ਕੰਮ ਕਰਦਾ ਅੰਮ੍ਰਿਤਸਰ ਵਿੱਚ। ਸਾਡੇ ਰੇਲਵੇ ਵਿਭਾਗ ਦੇ ਹੈੱਡਕੁਆਰਟਰ ਅਤੇ ਰੇਲਵੇ ਬੋਰਡ ਦੀ ਗਾਈਡਲਾਈਨਸ ਦੇ ਹਿਸਾਬ ਨਾਲ ਅਸੀਂ ਇੱਥੇ 9 ਆਈਸੋਲੇਸ਼ਨ ਕੋਚ ਤਿਆਰ ਕੀਤੇ ਨੇ, ਜਿਹੜੇ ਕਿ ਅੰਮ੍ਰਿਤਸਰ ਦੇ ਪਲੇਟਫਾਰਮ ਨੰਬਰ 1A 'ਤੇ ਪਲੇਸ ਕੀਤੇ ਗਏ ਨੇ। ਇਹ ਜਲਦੀ ਹੀ ਕੋਚ ਮੈਡੀਕਲ ਡਿਪਾਰਟਮੈਂਟ ਨੂੰ ਹੈਂਡਓਵਰ ਕਰ ਦਿੱਤੇ ਜਾਣਗੇ ਯੂਜ਼ ਵਾਸਤੇ। ਅਤੇ ਇਸ ਤੋਂ ਇਲਾਵਾ ਇਹਨਾਂ ਕੋਚਾਂ ਵਿੱਚ ਹਰ ਕੋਚ ਵਿੱਚ 8 ਪੇਸ਼ੈਂਟਸ ਅਤੇ 1 ਡਾਕਟਰ ਦੇ ਰਹਿਣ ਦੀ ਫੈਸਿਲਿਟੀ ਬਣਾਈ ਗਈ ਹੈ। ਅਤੇ ਇਹ ਇਸ ਲਈ ਕੀਤਾ ਗਿਆ ਹੈ ਕਿ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕੀਤਾ ਸਕੇ, ਪਰ ਕੈਬਿਨ ਇੱਕ ਪੇਸ਼ੈਂਟ ਰੱਖਣ ਨਾਲ ਉਹ ਦੂਰੀ ਮੇਨਟੇਨ ਰਹਿੰਦੀ ਹੈ। ਹਰ ਕੈਬਿਨ ਦੇ ਵਿੱਚ ਡਸਟਬਿਨ, 3 ਕਲਰ ਕੋਡਿੰਗ ਦੇ ਡਸਟਬਿਨ ਪ੍ਰੋਵਾਈਡ ਕੀਤੇ ਗਏ ਨੇ ਮੈਡੀਕਲ ਡਿਪਾਰਟਮੈਂਟ ਦੀ ਗਾਈਡਲਾਈਨ ਦੇ ਅਨੁਸਾਰ, ਤਾਂ ਕਿ ਬਾਇਓਮੈਡੀਕਲ ਵੇਸਟ ਨੂੰ ਸੈਗਰੀਗੇਟ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਾਡਾ ਰੇਲਵੇ ਦਾ ਸਿਕਿਉਰਿਟੀ ਡਿਪਾਰਟਮੈਂਟ 24 ਘੰਟੇ ਚਾਰੋ ਪਾਸੋਂ ਇਸ ਏਰੀਆ ਦੀ ਰਾਖੀ ਕਰ ਰਿਹਾ, ਤਾਂ ਕਿ ਕੋਈ ਵੀ ਅਨਔਥੋਰਾਈਜ਼ ਪਰਸਨਲ ਇੱਥੇ ਐਂਟਰ ਨਾ ਕਰ ਸਕੇ ਜੀ। ਇਸ ਤੋਂ ਇਲਾਵਾ ਆਹ ਕੋਚ ਤੁਸੀਂ ਅੰਦਰੋਂ ਦੇਖ ਸਕਦੇ ਹੋ ਜੀ, ਇਹ ਕੋਚ ਦੇ ਪਹਿਲਾ ਕੈਬਿਨ ਜਿਹੜਾ ਜਿਹਦੇ ਵਿੱਚ ਕਰਟਨ ਲੱਗੇ ਨੇ, ਇਹ ਡਾਕਟਰਸ ਕੈਬਿਨ ਹੈ। ਇਹਦੇ ਵਿੱਚ 3 ਤਰ੍ਹਾਂ ਦੇ ਡਸਟਬਿਨ ਲੱਗੇ ਨੇ, ਇਲੈਕਟ੍ਰੀਕਲ ਚਾਰਜਿੰਗ ਪੁਆਇੰਟ ਲੱਗਾ ਹੋਇਆ, ਤਾਂ ਕਿ ਜਿਹੜੇ ਵੀ ਇਲੈਕਟ੍ਰੀਕਲ ਮੈਡੀਕਲ ਇਕੁਪਮੈਂਟਸ ਹੈ ਉਹ ਚਲਾਏ ਜਾ ਸਕਣ। ਇਸ ਤੋਂ ਇਲਾਵਾ ਜਿਹੜੇ ਸਾਰੇ ਕੈਬਿਨ ਨੇ ਉਹ ਪਰ ਕੈਬਿਨ 1 ਪੇਸ਼ੈਂਟ ਵਾਸਤੇ ਆ। ਇੱਧਰ ਬਾਥਰੂਮ ਹੈ ਜਿਹੜਾ ਕਿ ਸਪੈਸ਼ਲੀ ਤਿਆਰ ਕੀਤਾ ਗਿਆ, ਕਿਉਂਕਿ ਜਿਹੜੇ ਲੋਕ ਇਸ ਕੋਚ 'ਚ ਰਹਿਣਗੇ ਉਹਨਾਂ ਦੇ ਨਹਾਉਣ ਧੋਣ ਵਾਸਤੇ। ਬਿਲਕੁਲ, ਬਾਥਰੂਮ ਵੀ ਅਸੀਂ ਦਿਖਾਵਾਂਗੇ, ਗੱਲਬਾਤ ਹੋਰ ਕਰਾਂਗੇ, ਅਸੀਂ ਬਾਥਰੂਮ ਦਿਖਾਵਾਂਗੇ। ਬਾਥਰੂਮ ਜਿਹੜਾ ਬਿਲਕੁਲ ਸਾਫ਼ ਸੁਥਰਾ ਜਿਹੜਾ ਬਣਾਇਆ ਗਿਆ, ਅਸੀਂ ਕਹਿ ਸਕਦੇ ਕਿ ਵਾਕਿਆ ਆਈਸੋਲੇਸ਼ਨ ਵਾਰਡ ਦੇ ਵਿੱਚ ਇਹਨੂੰ ਢਾਲ ਦਿੱਤਾ ਗਿਆ। ਸਰ, ਹੋਰ ਦੱਸੋ। ਇਸ ਬਾਥਰੂਮ ਵਿੱਚ ਇੱਕ ਟੈਪ ਲਗਾਈ ਗਈ ਹੈ ਇਸ ਤਰ੍ਹਾਂ ਦੀ ਕਿ ਉਹਨੂੰ ਉਂਗਲੀਆਂ ਨਾਲ ਚਲਾਉਣ ਦੀ ਲੋੜ ਨਹੀਂ, ਉਹਨੂੰ ਜਸਟ ਕੂਨੀ ਨਾਲ ਜਾਂ ਕਿਸੇ ਵੀ ਬੋਡੀ ਦੇ ਪ੍ਰੋਜੈਕਟਿਡ ਪੋਰਸ਼ਨ ਨਾਲ ਚਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹਨਾਂ ਟੋਇਲਟਸ ਦੇ ਬਾਥਰੂਮ ਦੇ ਥੱਲੇ ਬਾਇਓ ਟੋਇਲਟ ਟੈਂਕ ਲਗਾਏ ਗਏ ਨੇ। ਉਹ ਬਾਇਓ ਟੈਂਕਸ ਦਾ ਇਹ ਕੰਮ ਹੈ ਕਿ ਜਿਹੜਾ ਵੀ ਪਾਣੀ ਜਾਂ ਗੰਦਗੀ ਇਹਨਾਂ ਕੋਚਾਂ ਤੋਂ ਥੱਲੇ ਡਿੱਗੇਗੀ ਉਹ ਸਿੱਧੀ ਹੀ ਬਾਇਓ ਟੈਂਕਸ 'ਚ ਜਾਏਗੀ, ਅਤੇ ਉੱਥੇ ਬੈਕਟੀਰੀਆ ਦੁਆਰਾ ਉਹਦਾ ਮਤਲਬ ਟ੍ਰੀਟਮੈਂਟ ਹੋਏਗਾ। ਉਸ ਤੋਂ ਬਾਅਦ ਪਾਣੀ ਕਲੋਰੀਨੇਟ ਹੋਣ ਤੋਂ ਬਾਅਦ ਟਰੈਕ 'ਚ ਡਿੱਗੇਗਾ, ਤਾਂ ਕਿ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਫਰਦਰ ਫੈਲਣ ਦਾ ਖਤਰਾ ਨਾ ਰਹੇ। ਸਰ, ਇਹ ਹਰ ਡੱਬੇ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਡਸਟਬਿਨ ਰੱਖੇ ਗਏ ਨੇ ਜਾਂ ਫਿਰ ਜੋ ਵੀ ਜਿਹੜੀਆਂ ਫੈਸਿਲਿਟੀਆਂ ਨੇ ਹਰ ਡੱਬੇ ਦੇ ਵਿੱਚ ਸੇਮ ਨੇ? ਹਰ ਕੈਬਿਨ ਵਿੱਚ 3-3 ਡਸਟਬਿਨ ਰੱਖੇ ਗਏ ਨੇ ਡਿਫਰੈਂਟ ਕਲਰ ਕੋਡਿੰਗ ਦੇ। ਡਸਟਬਿਨ ਦੇ ਉੱਪਰ ਨੰਬਰਿੰਗ ਵੀ ਕੀਤੀ ਗਈ ਹੈ। ਨੰਬਰਿੰਗ ਇਸ ਲਈ ਕੀਤੀ ਗਈ ਹੈ ਕਿ ਇੱਕ ਕੈਬਿਨ ਦਾ ਡਸਟਬਿਨ ਦੂਸਰੇ ਕੈਬਿਨ ਵਿੱਚ ਮਿਕਸ ਨਾ ਹੋ ਜਾਏ, ਤਾਂ ਕਿ ਕਿਤੇ ਇਹ ਨਾ ਹੋਵੇ ਕਿ ਇੱਕ ਕੈਬਿਨ ਦੀ ਇਨਫੈਕਸ਼ਨ ਦੂਸਰੇ 'ਚ ਟ੍ਰਾਂਸਫਰ ਹੋ ਜਾਏ। ਇਸ ਚੀਜ਼ਾਂ ਨੂੰ ਅਵੋਇਡ ਕਰਨ ਵਾਸਤੇ ਇਹ ਕੀਤਾ ਜਾ ਰਿਹਾ। ਬਿਲਕੁਲ ਸਹੀ ਗੱਲ ਹੈ, ਤੁਸੀਂ ਦੇਖ ਸਕਦੇ ਕਿ ਗੱਡੀ ਜਿਹੜੀ ਹੈ ਬਿਲਕੁਲ ਤਿਆਰ ਸੋ ਤਿਆਰ ਜਿਹੜੀ ਆ ਕਰ ਦਿੱਤੀ ਗਈ ਹੈ ਰੇਲਵੇ ਪ੍ਰਸ਼ਾਸਨ ਵੱਲੋਂ। ਖਾਸ ਤੌਰ ਦੇ ਉੱਤੇ ਅਸੀਂ ਕਹਿ ਸਕਦੇ ਕਿ ਬਹੁਤ ਵਧੀਆ ਇਹ ਜਿਹੜੀ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਵਾਸਤੇ ਇੱਕ ਖਾਸ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ, ਕਿਉਂਕਿ ਲਗਾਤਾਰ ਕੋਰੋਨਾ ਵਾਇਰਸ ਜਿਹੜਾ ਵਾ ਆਪਣੇ ਹਰ ਦੇਸ਼ ਦੇ ਵਿੱਚ ਆਪਣੇ ਜਿਹੜੇ ਪੈਰ ਪਸਾਰ ਰਿਹਾ, ਅਤੇ ਜਿਹਦੀ ਵਜ੍ਹਾ ਕਰਕੇ ਮੌਤਾਂ ਵੀ ਕਾਫੀ ਹੋ ਚੁੱਕੀਆਂ ਨੇ, ਅਤੇ ਉਹਦੀ ਵਜ੍ਹਾ ਕਰਕੇ ਇੱਕ ਖਾਸ ਜਿਹੜਾ ਉਪਰਾਲਾ ਭਾਰਤ ਸਰਕਾਰ ਵੱਲੋਂ ਕੀਤਾ ਗਿਆ, ਇਹ ਖਾਸ ਉਪਰਾਲਾ ਇਸੇ ਨੂੰ ਅਸੀਂ ਕਹਾਂਗੇ ਕਿ ਜੇਕਰ ਹਸਪਤਾਲਾਂ ਦੇ ਵਿੱਚ ਕੁਝ ਜਗ੍ਹਾ ਕੱਟ ਵੀ ਹੋਵੇ ਤੇ ਗੱਡੀਆਂ ਦੇ ਵਿੱਚ ਅਸੀਂ ਉਹਨਾਂ ਪੇਸ਼ੈਂਟਾਂ ਨੂੰ ਰੱਖ ਸਕਦੇ ਹਾਂ ਜਿਹੜੇ ਪੇਸ਼ੈਂਟ ਕੋਰੋਨਾ ਤੋਂ ਪੀੜਤ ਨੇ।
ਉਹਨਾਂ ਨੂੰ ਅਸੀਂ ਉਹ ਉੱਥੇ ਰੱਖ ਸਕਦੇ ਹਾਂ ਇੱਕ ਖਾਸ ਵਧੀਆ ਤਰੀਕੇ ਨਾਲ ਤਸਵੀਰ। ਸਰ ਇਹਦੇ ਬਾਰੇ ਸਾਡੇ ਡਸਟਬਿਨ ਜਿਹੜੇ ਆ ਸ਼ਿਫਟ ਕਰਨ ਵਾਲੇ ਸਰ? ਜੀ ਇਹ ਕੈਬਿਨ ਹਰ ਕੋਚ ਵਿੱਚ ਗਿਣਤੀ ਦੇ ਹਿਸਾਬ ਨਾਲ ਡਸਟਬਿਨ ਰਖਵਾ ਦਿੱਤੇ ਗਏ ਨੇ। ਇਹ ਬੈੱਡਸ਼ੀਟ ਸੈਨੇਟਾਈਜ਼ ਕਰਵਾ ਕੇ ਰਖਵਾਈਆਂ ਗਈਆਂ ਨੇ ਹਰ ਕੈਬਿਨ 'ਚ ਯੂਜ਼ ਕਰਨ ਵਾਸਤੇ। ਜਦ ਇਹ ਕੋਚਾਂ ਨੂੰ ਮੈਡੀਕਲ ਡਿਪਾਰਟਮੈਂਟ ਨੂੰ ਹੈਂਡਓਵਰ ਕਰ ਦਿੱਤਾ ਜਾਏਗਾ ਉਦੋਂ ਮੈਡੀਕਲ ਡਿਪਾਰਟਮੈਂਟ ਆਪਣੀ ਸੁਵਿਧਾ ਦੇ ਅਨੁਸਾਰ ਇਹਨਾਂ ਨੂੰ ਉਹ ਅੱਗੇ ਪੇਸ਼ੈਂਟਸ ਨੂੰ ਯੂਜ਼ ਕਰਨ ਲਈ ਦੇਗਾ। ਬਿਲਕੁਲ ਯੂਜ਼ ਕਰਨ ਵਾਸਤੇ ਦਿੱਤਾ ਜਾਏਗਾ, ਬਹੁਤ ਵਧੀਆ ਉਪਰਾਲਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਦੂਸਰੇ ਅਗਲੇ ਡੱਬੇ ਵੀ ਜਿਹੜੇ ਆ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਸੋ ਅਸੀਂ ਧੰਨਵਾਦ ਕਰਦੇ ਹਾਂ ਸਰਕਾਰਾਂ ਦਾ ਵੀ, ਕਿਉਂਕਿ ਸਰਕਾਰਾਂ ਵੱਲੋਂ ਖਾਸ ਉਪਰਾਲੇ ਕੀਤੇ ਜਾ ਰਹੇ ਨੇ। ਅਤੇ ਇਹ ਬਾਹਰ ਜਾਲੀ ਦੇ ਬਾਰੇ ਅਸੀਂ ਜਾਣਨਾ ਚਾਹਾਂਗੇ, ਜਿਹੜੀ ਜਾਲੀ ਲਗਾਈ ਗਈ ਹੈ ਇਹਦੇ ਵਾਸਤੇ ਕੀ ਸੁਰੱਖਿਆ ਸਾਡੇ ਵਾਸਤੇ ਪੁਖਤਾ ਹੋਈ? ਜਿਵੇਂ ਅੱਗੇ ਅੱਗੇ ਗਰਮੀਆਂ ਦਾ ਮੌਸਮ ਆ ਰਿਹਾ ਹੈ ਅਤੇ ਗਰਮੀ ਵਧਣ ਨਾਲ ਪੰਜਾਬ 'ਚ ਮੱਖੀ ਮੱਛਰਾਂ ਦਾ ਪ੍ਰਕੋਪ ਬਹੁਤ ਵੱਧ ਜਾਂਦਾ ਹੈ, ਅਤੇ ਜਾਲੀ ਇਸ ਲਈ ਲਗਾਈ ਗਈ ਹੈ ਤਾਂ ਕਿ ਜਦੋਂ ਇਹ ਵਿੰਡੋਜ਼ ਖੋਲ੍ਹ ਕੇ ਪੈਸੇਂਜਰਸ ਇਹਨਾਂ ਨੂੰ ਆਈਸੋਲੇਟਡ ਪੇਸ਼ੈਂਟਸ ਇਹਨਾਂ ਨੂੰ ਯੂਜ਼ ਕਰਨ ਅਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਮੱਛਰ ਮੱਖੀ ਤੰਗ ਨਾ ਕਰੇ, ਉਹਨਾਂ ਦੀ ਸੇਫਟੀ ਵਾਸਤੇ ਚੀਜ਼ ਨੂੰ ਲਗਾਇਆ ਗਿਆ। ਕੋਈ ਡਸਟ ਵੀ ਅੰਦਰ ਅਸੀਂ ਕਹਿ ਸਕਦੇ ਨਹੀਂ ਜਾ ਸਕਦੀ, ਕਿਉਂਕਿ ਬਹੁਤ ਵਧੀਆ ਜਿਹੜੀ ਜਾਲੀ ਲੱਗੀ, ਡਸਟ ਵੀ ਮੱਛੀ ਮੱਛਰ ਮੱਖੀ ਜਾਂ ਫਿਰ ਕੋਈ ਵੀ ਮੱਛਰ ਅਸੀਂ ਕੋਈ ਵੀ ਕੀੜਾ ਮਕੌੜਾ ਕਹਿ ਸਕਦੇ ਕਿ ਕੋਈ ਅੰਦਰ ਨਾ ਜਾ ਸਕੇ, ਜਿਹਦੀ ਵਜ੍ਹਾ ਕਰਕੇ ਇਹ ਖਾਸ ਉਪਰਾਲਾ ਜਿਹੜਾ ਕੀਤਾ। ਹਾਂਜੀ ਬਿਲਕੁਲ। ਹੋਰ ਕੋਈ ਖਾਸ ਇਹਦੇ ਵਿੱਚ ਕੁਛ ਹੋਰ ਵੀ ਕੀਤਾ ਗਿਆ, ਕਿਉਂਕਿ ਸਾਰੀ ਦੀ ਜਾਣਕਾਰੀ ਦੇ ਦਿੱਤੀ ਹੈ, ਕੁਝ ਹੋਰ ਇਹਦੇ ਵਿੱਚ ਖਾਸ? ਜੀ ਬਾਕੀ ਇਹਦੀ ਜਿਸ ਅੰਮ੍ਰਿਤਸਰ 'ਚ ਪਲੇਟਫਾਰਮ ਨੰਬਰ 1A 'ਤੇ ਇਹਨੂੰ ਲਗਾਇਆ ਗਿਆ ਟ੍ਰੇਨ ਨੂੰ, ਇਹਨੂੰ RPF ਡਿਪਾਰਟਮੈਂਟ ਜਿਹੜਾ ਹੈ ਉਹ ਚਾਰੋਂ ਪਾਸੋਂ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ। RPF ਡਿਪਾਰਟਮੈਂਟ, ਰੇਲਵੇ ਦਾ ਸਿਕਿਉਰਿਟੀ ਡਿਪਾਰਟਮੈਂਟ ਇਨਸ਼ੋਰ ਕਰ ਰਿਹਾ ਹੈ ਕਿ ਇਸ ਏਰੀਏ ਵਿੱਚ ਨੋਮੀਨੇਟਿਡ ਪਰਸਨਲ ਤੋਂ ਇਲਾਵਾ ਕੋਈ ਵੀ ਐਂਟਰ ਨਾ ਕਰੇ। ਈਵਨ ਕਿ ਜਦੋਂ ਪੰਜਾਬ 'ਚ ਟ੍ਰੇਨਾਂ ਦੀ ਸਰਵਿਸ ਸਟਾਰਟ ਵੀ ਹੋ ਜਾਏਗੀ ਉਦੋਂ ਵੀ ਉਹ ਡਿਪਾਰਟਮੈਂਟ ਇਨਸ਼ੋਰ ਕਰੇਗਾ ਕਿ ਇਸ ਏਰੀਏ 'ਚ ਆਈਸੋਲੇਟਿਡ ਪੇਸ਼ੈਂਟਸ ਤੋਂ ਇਲਾਵਾ ਕੋਈ ਪੈਸੰਜਰ ਐਂਟਰ ਨਾ ਕਰੇ। ਕਿੰਨੇ ਜੇ ਟੋਟਲ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਵੀ ਇਸ ਡੱਬਿਆਂ ਦੇ ਵਿੱਚ ਇੱਕ ਦੇ ਵਿੱਚ ਕਿੰਨੇ ਆਣਗੇ ਅਤੇ ਟੋਟਲ ਕਿੰਨੇ ਅਸੀਂ ਕਹਿ ਸਕਦੇ ਕਿ ਜੇਕਰ ਰੱਬ ਨਾ ਕਰੇ ਕਿੰਨੇ ਮਰੀਜ਼ ਹੋਣ, ਪਰ ਜੇ ਆਣੇ ਹੋਣ ਤਾਂ ਕਿੰਨੇ ਆ ਸਕਦੇ? ਹਰ ਕੋਚ ਵਿੱਚ 9 ਕੈਬਿਨ ਨੇ, ਇੱਕ ਕੈਬਿਨ ਡਾਕਟਰ ਦਾ ਅਤੇ ਪਰ ਕੈਬਿਨ ਇੱਕ ਆਈਸੋਲੇਟਿਡ ਪੇਸ਼ੈਂਟ, ਯਾਨੀ 8 ਪੇਸ਼ੈਂਟਸ ਪਰ ਕੋਚ ਆ ਸਕਦੇ ਆ। ਕੀਤਾ ਹੋਰ ਵੀ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਦਈਏ, ਜੇ ਦਰਵਾਜ਼ੇ ਦੀ ਗੱਲ ਕਿੰਨੀ ਲਗਾਈ ਗਈ ਬਾਕੀ ਏਰੀਏ 'ਤੇ ਤਾਂ ਕਿ ਉੱਧਰੋਂ ਐਂਟਰੀ ਨਾ ਹੋਵੇ, ਬਾਕੀ ਦਰਵਾਜ਼ੇ ਜਿਹੜਾ ਮੈਡੀਕਲ ਸਟਾਫ ਜਦੋਂ ਇਹਦੇ ਵਿੱਚ ਰਹੇਗਾ ਉਹ ਇਹਨਾਂ ਨੂੰ ਬੰਦ ਰੱਖੇਗਾ ਹਰ ਵਕਤ, ਅਤੇ ਇਹਨਾਂ ਦੇ ਵਿੰਡੋ ਸ਼ਟਰ ਵਿੰਡੋ ਗਲਾਸਿਸ ਬੰਦ ਰਹਿਣਗੇ ਤਾਂ ਕਿ ਇੱਧਰੋਂ ਵੀ ਕੋਈ ਇਨਫਿਲਟਰੇਸ਼ਨ ਨਾ ਹੋ ਸਕੇ। ਸਰ ਜਿਸ ਤਰ੍ਹਾਂ 1 ਨੰਬਰ ਪਲੇਟਫਾਰਮ ਦੇ ਉੱਤੇ ਆ ਗੱਡੀ ਜਿਹੜੀ ਹੈ ਕਰ ਦਿੱਤੀ ਗਈ, ਜੇ ਇੱਥੇ ਕੋਈ ਵੀ ਅਸੀਂ ਕਹਿ ਸਕਦੇ ਕੋਈ ਮਰੀਜ਼ ਆਉਂਦਾ ਅਤੇ ਦੂਸਰੇ ਪਾਸੇ ਵੀ ਕਾਫੀ ਦੁਨੀਆ ਜਦੋਂ ਟ੍ਰੇਨਾਂ ਚਾਲੂ ਹੋਣਗੀਆਂ ਦੁਨੀਆ ਕਾਫੀ ਪਹੁੰਚੇਗੀ, ਕੀ ਥੋੜ੍ਹਾ ਬਹੁਤਾ ਅਸਰ ਉੱਥੇ ਜਾਣ ਦੀ ਕੋਈ ਸੰਭਾਵਨਾ? ਜੀ ਬਿਲਕੁਲ ਨਹੀਂ, ਇਹ ਪਲੇਟਫਾਰਮ ਨੰਬਰ 1A ਹੈ ਅੰਮ੍ਰਿਤਸਰ ਦਾ, ਇਹਨੂੰ ਆਲਰੇਡੀ ਇਹਦੀ ਬੈਕ ਸਾਈਡ 'ਤੇ ਪੁਲਿਸ ਸਟੇਸ਼ਨ ਹੈ ਅਤੇ ਫਰੰਟ ਸਾਈਡ 'ਤੇ ਬੈਰੀਕੇਡਿੰਗ ਲਗਾ ਕੇ ਅਸੀਂ ਪਲੇਟਫਾਰਮ ਨੰਬਰ 1A ਅਤੇ ਪਲੇਟਫਾਰਮ ਨੰਬਰ 1 ਨੂੰ ਵੱਖਰਾ ਵੱਖਰਾ ਕਰ ਦਾਂਗੇ ਤਾਂ ਕਿ ਜਿਹੜੇ ਪੈਸੇਂਜਰਸ ਹੈ ਉਹ ਇਸ ਏਰੀਆ 'ਚ ਐਂਟਰ ਨਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਫੈਲਣ ਦਾ ਖਤਰਾ ਨਾ। ਬੈਰੀਗੇਟ ਜਿਹੜਾ ਲਗਾ ਦਿੱਤਾ ਜਾਏਗਾ ਕਿੰਨੇ ਫੁੱਟ ਦੀ ਦੂਰੀ ਰਹੇਗੀ, ਕਿਉਂਕਿ ਜਿਹੜੇ ਲੋਕ ਇੱਥੇ ਪਹੁੰਚ ਰਹੇ ਨੇ ਜਿਹੜੇ ਯਾਤਰੂ ਜਿਹੜੇ ਪਹੁੰਚ ਰਹੇ ਨੇ ਕਿੰਨੀ ਫੁੱਟ ਦੀ ਦੂਰੀ 'ਚ? ਜੀ ਮਿਡਲ ਆਫ ਦਾ ਪਲੇਟਫਾਰਮ ਅਸੀਂ ਰੱਖਾਂਗੇ ਤਾਂ ਕਿ ਉੱਧਰ ਪੈਸੇਂਜਰਸ ਨੂੰ ਵੀ ਕੋਈ ਕੰਜੈਸ਼ਨ ਨਾ ਹੋਵੇ ਅਤੇ ਇੱਧਰੋਂ ਵੀ ਕੋਈ ਇਨਫੈਕਸ਼ਨ ਟ੍ਰਾਂਸਫਰ ਹੋਣ ਦਾ ਖਤਰਾ ਨਾ ਹੋਵੇ। ਸੋ ਬਹੁਤ ਬਹੁਤ ਧੰਨਵਾਦ। ਦੇਖ ਸਕਦੇ ਜੇ ਕਿ ਤਿਆਰੀਆਂ ਜਿਹੜੀਆਂ ਨੇ ਲਗਾਤਾਰ ਜਾਰੀ ਨੇ, ਬਸ ਕੁਝ ਹੀ ਸਮੇਂ ਦੇ ਵਿੱਚ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਜਾਣਗੀਆਂ, ਜਾਲੀਆਂ ਲਗਾਈਆਂ ਜਾ ਰਹੀਆਂ ਨੇ। ਜੇਕਰ ਡੱਬਿਆਂ ਦੀ ਗੱਲ ਕੀਤੀ ਜਾਵੇ ਤਾਂ ਅੰਦਰ ਡੱਬੇ ਬਿਲਕੁਲ ਅਸੀਂ ਕਹਿ ਸਕਦੇ ਕਿ ਬਿਲਕੁਲ ਆਈਸੋਲੇਸ਼ਨ ਵਾਰਡ ਵਾਂਗਰ ਹੀ ਤਿਆਰ ਕਰ ਦਿੱਤੇ ਗਏ ਨੇ। ਜਿਹੜੇ ਮਰੀਜ਼ ਇੱਥੇ ਪਹੁੰਚਣਗੇ, ਰੱਬ ਨਾ ਕਰੇ ਕਿ ਕਰੋਨਾ ਦੇ ਨਾਲ ਪੀੜਿਤ ਮਰੀਜ਼ ਵਧਣ, ਪਰ ਜੇਕਰ ਵੱਧਦੇ ਨੇ ਤਾਂ ਤਿਆਰੀਆਂ ਜਿਹੜੀਆਂ ਨੇ ਉਹ ਸਾਫ਼ ਨਜ਼ਰ ਆ ਰਹੀਆਂ, ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਤਿਆਰੀਆਂ ਖੁਦ ਹੀ ਬੋਲ ਰਹੀਆਂ ਕਿ ਅਸੀਂ ਬਿਲਕੁਲ ਤਿਆਰ ਸੋ ਤਿਆਰ ਬੈਠੇ। ਜਾਲੀਆਂ ਅਸੀਂ ਦਿਖਾ ਸਕਦੇ ਹਾਂ ਕਿ ਅੰਦਰ ਡਸਟਬਿਨ ਜਿਹੜੇ ਨੇ ਉਹ ਵੀ ਰੱਖੇ ਗਏ ਨੇ, ਜਿਹੜੀਆਂ ਜਾਲੀਆਂ ਨੇ ਉਹ ਲਗਾਈਆਂ ਜਾ ਰਹੀਆਂ ਨੇ। ਕਿਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਨੇ ਚਾਰੋਂ ਪਾਸੇ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਬਣਾਇਆ ਹੋਇਆ। ਅੰਦਰੋਂ ਵੀ ਤੁਹਾਨੂੰ ਡੱਬਾ
ਪੂਰਾ ਦਿਖਾ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਬਾਥਰੂਮ ਜਿਹੜੇ ਨੇ ਬਿਲਕੁਲ ਸੋਹਣੇ ਤਰੀਕੇ ਦੇ ਨਾਲ ਜਿਹੜੇ ਆ ਬਣਾ ਦਿੱਤੇ ਗਏ ਨੇ। ਸੋ ਬਾਹਰ ਡਸਟਬਿਨ ਵੀ ਜਿਹੜੇ ਨੇ ਹਰ ਕੈਬਨ ਦੇ ਵਿੱਚ ਤਿੰਨ ਤਿੰਨ ਡਸਟਬਿਨ ਰੱਖੇ ਨੇ, ਬਕਾਇਦਾ ਉਹਦੇ ਉੱਤੇ ਨੰਬਰ ਵੀ ਪਾਏ ਗਏ ਨੇ ਕਿ ਜਿਹੜਾ ਡਸਟਬਿਨ ਜਿਹੜੇ ਵੀ ਕੈਬਨ ਦਾ ਉਹ ਉਸੇ ਕੈਬਨ ਦੇ ਵਿੱਚ ਹੀ ਰਹੇ, ਦੂਸਰੇ ਕੈਬਨ ਦੇ ਵਿੱਚ ਨਾ ਜਾ ਸਕੇ। ਜੇ ਕਿ ਬਾਈ ਦੇ ਵੇ ਅਸੀਂ ਕਹਿ ਸਕਦੇ ਕਿ ਕੋਈ ਮਰੀਜ਼ ਸਹੀ ਹੋਣ ਦੇ ਹਾਲਾਤਾਂ ਦੇ ਵਿੱਚ ਹੈ ਅਤੇ ਜੇਕਰ ਉਹ ਡਸਟਬਿਨ ਉਹਦੇ ਕਮਰੇ ਦੇ ਵਿੱਚ ਜਾਂ ਕੈਬਨ ਦੇ ਵਿੱਚ ਚਲਾ ਜਾਂਦਾ ਤਾਂ ਫਿਰ ਪਰੇਸ਼ਾਨੀ ਦਾ ਮਾਹੌਲ ਜਿਹੜਾ ਫਿਰ ਉਹਦੇ ਵਾਸਤੇ ਦੁਬਾਰਾ ਆ ਸਕਦਾ। ਪਰ ਨੰਬਰ ਜਿਹੜੇ ਨੇ ਕੈਬਨ ਦੇ ਹਿਸਾਬ ਦੇ ਨਾਲ ਡਸਟਬਿਨਾਂ ਦੇ ਉੱਤੇ ਵੀ ਨੰਬਰ ਪਾਏ ਗਏ ਨੇ। ਜਾਲੀਆਂ ਜਿਹੜੀਆਂ, ਜਾਲੀਆਂ ਦੇਖ ਸਕਦੇ ਜੀ ਕਿ ਜਾਲੀਆਂ ਬੜੇ ਸਹੀ ਤਰੀਕੇ ਦੇ ਨਾਲ ਬਿਲਕੁਲ ਅਸੀਂ ਕਹਿ ਸਕਦੇ ਜਿਹੜੀਆਂ ਟ੍ਰੇਨ ਦੇ ਜਿਹੜੀਆਂ ਬਾਰੀਆਂ ਨੇ ਉਹਨਾਂ ਦੇ ਉੱਤੇ ਜਾਲੀਆਂ ਲਗਾ ਦਿੱਤੀਆਂ ਗਈਆਂ, ਇਸ ਕਰਕੇ ਕਿ ਕੋਈ ਵੀ ਮੱਖੀ ਮੱਛਰ ਜਾਂ ਕੋਈ ਵੀ ਕੀੜਾ ਮਕੌੜਾ ਅੰਦਰ ਨਾ ਜਾ ਸਕੇ, ਇਨਫੈਕਸ਼ਨ ਹੋਵੇ, ਯਾਨੀ ਕਿ ਇਨਫੈਕਸ਼ਨ ਨੂੰ ਦੂਰ ਕਰਨ ਵਾਸਤੇ ਇੱਕ ਖਾਸ ਜਿਹੜਾ ਉਪਰਾਲਾ ਕੀਤਾ ਗਿਆ, ਇਨਫੈਕਸ਼ਨ ਜਿਹੜੀ ਆ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ, ਜਿਹਦੀ ਵਜ੍ਹਾ ਕਰਕੇ ਖਾਸ ਤੌਰ ਦੇ ਉੱਤੇ ਜਿਹੜੀ ਗੱਡੀ ਬਿਲਕੁਲ ਦੀ ਬਿਲਕੁਲ ਤਿਆਰ ਸੋ ਤਿਆਰ ਬਣਾ ਦਿੱਤੀ ਗਈ ਆ। ਕੁਝ ਸਮੇਂ ਦੀ ਗੱਲ ਆ ਅਤੇ ਕੁਝ ਸਮੇਂ ਦੇ ਵਿੱਚ ਇਹ ਗੱਡੀ ਬਿਲਕੁਲ ਤਿਆਰ ਕਰ ਦਿੱਤੀ ਜਾਏਗੀ। ਖਾਸ ਉਪਰਾਲਾ ਜਿਹੜਾ ਕੀਤਾ ਗਿਆ ਕੋਰੋਨਾ ਵਾਇਰਸ ਦੇ ਨਾਲ ਨਜਿੱਠਣ ਲਈ ਭਾਰਤ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਵੀ ਕਾਫੀ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ। ਸੋ ਉਪਰਾਲੇ ਦੇ ਸਦਕੇ ਹੀ ਅਸੀਂ ਕਹਿ ਸਕਦੇ ਕਿ ਅੱਜ ਕਿਤੇ ਨਾ ਕਿਤੇ ਅਸੀਂ ਕੋਰੋਨਾ ਵਾਇਰਸ ਤੋਂ ਬਚਦੇ ਨਜ਼ਰ ਆ ਰਹੇ ਹਾਂ। ਜੇਕਰ ਸਰਕਾਰਾਂ ਦੀ ਗੱਲ ਅਸੀਂ ਨਾ ਮੰਨੀਏ ਤਾਂ ਸ਼ਾਇਦ ਕੋਰੋਨਾ ਵਾਇਰਸ ਜਿਹੜਾ ਸਾਡੇ ਸਿਰ ਚੜ੍ਹ ਕੇ ਬੋਲ ਸਕਦਾ। ਜੇ ਸਰਕਾਰਾਂ ਵੱਲੋਂ ਸਾਨੂੰ ਕਿਹਾ ਗਿਆ ਕਿ ਘਰਾਂ ਦੇ ਵਿੱਚ ਰਹੋ ਅਤੇ ਘਰਾਂ ਦੇ ਵਿੱਚ ਰਹਿਣਾ ਜ਼ਰੂਰੀ ਹੈ, ਕਿਉਂਕਿ ਸਰਕਾਰਾਂ ਜੇਕਰ ਤੁਹਾਡੇ ਵਾਸਤੇ ਕੋਈ ਫੈਸਲਾ ਕਰ ਰਹੀ ਹੈ ਤਾਂ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਹੀ ਕਰ ਰਹੀ ਹੈ। ਜੇਕਰ ਤੁਸੀਂ ਉਹ ਫੈਸਲੇ ਸਰਕਾਰ ਦੇ ਨਹੀਂ ਸੁਣੋਗੇ ਤਾਂ ਬੜੀ ਵੱਡੀ ਮੁਸ਼ਕਲ ਆ ਸਕਦੀ ਹੈ। ਤੁਹਾਡੇ ਵਾਸਤੇ ਹੀ ਇਹ ਗੱਡੀ ਜਿਹੜੀ ਹੈ ਤਿਆਰ ਕੀਤੀ ਗਈ ਹੈ। ਅਸੀਂ ਨਹੀਂ ਕਹਿੰਦੇ ਕਿ ਕੋਰੋਨਾ ਵਾਇਰਸ ਜਿਹੜਾ ਵਾ ਉਹ ਅਗਾਂਹ ਵਧੇ, ਪਰ ਜੇਕਰ ਵੱਧਦਾ ਤਾਂ ਸਰਕਾਰਾਂ ਵੱਲੋਂ ਖਾਸ ਤਿਆਰੀਆਂ ਜਿਹੜੀਆਂ ਨੇ ਉਹ ਕਰ ਲਿੱਤੀਆਂ ਗਈਆਂ ਨੇ। ਤਿਆਰੀਆਂ ਜਿਹੜੀਆਂ ਨੇ ਬਿਲਕੁਲ ਸਾਫ਼ ਦਿਖ ਰਹੀਆਂ ਨੇ। ਹਸਪਤਾਲਾਂ ਦੇ ਵਿੱਚ ਤਾਂ ਤਿਆਰੀਆਂ ਹੈ ਹੀ, ਪਰ ਹੁਣ ਇੱਕ ਗੱਡੀ ਵੀ ਜਿਹੜੀ ਹੈ ਉਹ ਆਈਸੋਲੇਸ਼ਨ ਵਾਰਡ ਵਰਗੀ ਬਣਾ ਦਿੱਤੀ ਗਈ ਹੈ। ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ।